साल दे विच दो मेले करवाए जाते हैं। दूसरा मेला दसवें श्राद दे विच हुंदा वा, जिहदे विच बहुत नामवर जथे कवीश्री ढाडी कथावाचक और पहलवान नामवर बुलाए जाते हैं। संगतां नूं बेनती है कि दसवें श्राद वाले मेले दे विच हुम हुमा के संगतां पहुँचन ते गुरु घर दे दर्शन दादे करन। वाहिगुरू जी का खालसा, वाहिगुरू जी का खालसा, वाहिगुरू जी की फतेह। गुरद्वारा साहब ਦੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਨੂੰ, ਮੇਲੇ 'ਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਅਤੇ ਅੱਗੇ ਇੱਕ ਮਹੀਨੇ ਤੱਕ ਫਿਰ ਮੇਲਾ ਆ ਰਿਹਾ ਹੈ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਮੇਲੇ ਵਿੱਚ ਆਉਣ ਦੀ ਕਿਰਪਾਲਤਾ ਕਰਨ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਮਚੁੱਕ ਜੀ ਬਲੜਵਾਲ ਦੇ ਸਥਾਨ 'ਤੇ, ਜੋ ਕਿ 1500 ਦੇ ਮਹੀਨੇ ਦੇ ਵਿੱਚ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਜੋੜ ਮੇਲਾ ਕਰਵਾਇਆ ਜਾਂਦਾ ਹੈ। ਇੱਥੇ ਪੁੱਜ ਰਹੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਦੂਰ ਦੁਰਾਡੇ ਇਲਾਕੇ ਤੋਂ ਪਹੁੰਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਨਾਲ ਦੀ ਨਾਲ ਇਸ ਮੇਲੇ ਦੇ ਵਿੱਚ ਇੱਕ ਸਾਲ 'ਚ ਦੋ ਵਾਰ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇੱਕ ਦਸਵੇਂ ਸਰਾਦ ਜੋ ਜੋੜ ਮੇਲਾ ਕਰਵਾਇਆ ਜਾਂਦਾ ਹੈ, ਉਸ 'ਤੇ ਇੱਕ ਭਾਰੀ ਛਿੰਝ ਕਰਵਾਈ ਜਾਂਦੀ ਹੈ। ਉਹ ਭਾਰੀ ਛਿੰਝ ਵਿੱਚ ਨਾਮੀ ਪਹਿਲਵਾਨ ਪਹੁੰਚ ਜਾਂਦੇ ਹਨ, ਪਹੁੰਚ ਕੇ ਆਪਣਾ ਕੁਲਫ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ। ਮੇਲੇ ਵਿੱਚ ਪਹੁੰਚੀਆਂ ਸੰਗਤਾਂ ਦਾ ਸਾਰੀਆਂ ਦਾ ਧੰਨਵਾਦ ਅਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਅੱਗੇ ਤੋਂ ਇਹ ਜਿਹੜਾ ਦਸਵੇਂ ਸਰਾਜ ਜਿਹੜਾ ਜੋੜ ਮੇਲਾ ਕਰਵਾਇਆ ਜਾਏਗਾ, ਹੁਮ ਹੁਮਾ ਕੇ ਸੰਗਤਾਂ ਪੁੱਜਣ। ਅਤੇ ਬੇਨਤੀ ਹੈ ਕਿ ਇਸ ਮੇਲੇ ਵਿੱਚ ਕੋਈ ਵੀ ਨਸ਼ੀਲੀ ਵਸਤੂ ਕਰਕੇ ਨਾ ਆਵੇ, ਤਾਂ ਕਿ ਗੁਰੂ ਸਾਹਿਬ ਦੀ ਮਰਿਆਦਾ ਨਾ ਭੰਗ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ੁਭ ਦਿਹਾੜੇ 'ਤੇ ਸਾਰਿਆਂ ਨੂੰ ਲੱਖਾਂ ਨੂੰ ਵਾਸੀਆਂ ਜਨਾਲੇ ਵਾਲਿਆਂ ਨੂੰ ਉੱਥੇ ਲੱਖ ਲੱਖ ਵਧਾਈ ਦਿੰਦਾ। ਉਸ ਨੂੰ ਕੋਈ ਦੁਆ ਕਰਦਾ, ਬਾਬਾ ਜੀ ਇਸ ਇਲਾਕੇ ਦੇ ਹਮੇਸ਼ਾ ਮੇਰਾ ਭਰਿਆ ਹੱਥ ਰੱਖਿਓ, ਇਸ ਇਲਾਕੇ ਨੂੰ ਪ੍ਰਫੁੱਲਿਤ ਕਰਿਓ, ਇਸ ਇਲਾਕੇ ਨੂੰ ਛੱਕਿਓ, ਸਾਡੇ ਬੱਚੇ ਪੜ੍ਹ ਲਿਖ ਕੇ ਅਫਸਰ ਬਣ ਜਾਣ, ਉਸਦੀਆਂ ਨੌਕਰੀਆਂ ਦੇ ਸਕਣ। ਮੈਂ ਦੁਆ ਅਰਦਾਸ ਕਰਦਾ ਹੋਇਆ ਹਾਜ਼ਰੀ ਦਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ। ਲੋਕ ਬਾਰੇ ਛੱਡ ਕੇ ਇਸ ਗੋਸ਼ਟੀ ਦੇ ਦੀ ਸ਼ੁਰੂਆਤ ਜਿਹੜੀ ਕਰਵਾਈ ਜਾ ਰਹੀ ਹੈ, ਬਾਬਾ ਗਮਚੁੱਕ ਔਰ ਧੰਨ ਧੰਨ ਪ੍ਰਭਗਿਆਨੀ ਬਾਬਾ ਨਿਹਾਲ ਦਾਸ ਜੀ, ਜਿਹਨਾਂ ਦੀ ਯਾਦ ਨੂੰ ਸਮਰਪਿਤ ਆਏ ਜੋ ਕੁਸ਼ਤੀ ਤੱਕ ਕਰਵਾਇਆ ਜਾ ਰਿਹਾ ਹੈ। ਰੇਸ਼ਮ ਸਿੰਘ ਜੀ ਸਰਪੰਚ, ਪਾਸੇ ਸਾਗਰ ਇਸ ਸਮੇਂ ਕਹਿੰਦੇ ਬੱਲੇ ਬੱਲੇ ਕਰਵਾਈ ਜਾਂਦਾ ਕਿ ਗਜ ਗਜ ਛਾਤੀਆਂ ਦੇ ਫੁੱਟ ਫੁੱਟ ਪੱਟ ਔਰ ਸਾਂਭੇ ਹੋਏ ਸਰੀਰਾਂ 'ਤੇ ਪਸੀਨਾ ਰਿਹਾ ਨੱਚ। ਹਜੇ ਕਹਿੰਦੇ ਕੁਸ਼ਤੀ ਦੀ ਸ਼ੁਰੂਆਤ ਹੈ, ਐਨ ਕਹਿੰਦੇ ਪਸੀਨਾ ਨੱਚੇਗਾ, ਐਨ ਕਹਿੰਦੇ ਪਸੀਨਾ।